ਅਸੀਂ ਤਾਂ ਬਰਨਾਲਾ ਵਾਸੀਆਂ ਦਾ ਪਹਿਲਾਂ ਤਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਇੱਥੇ ਆਉਣ 'ਤੇ ਵੀ ਬੜਾ ਮਾਣ ਸਤਿਕਾਰ ਕੀਤਾ ਅਤੇ ਦੂਸਰਾ ਇਹਨਾਂ ਨੇ ਜੋ ਖਡੂਰ ਸਾਹਿਬ ਦੀ ਇਲੈਕਸ਼ਨ ਹੋਈ ਸੀ ਉਹਦੇ 'ਚ ਵੀ ਵੋਟਾਂ 'ਤੇ ਖਡੂਰ ਸਾਹਿਬ ਅਤੇ ਫਰੀਦਕੋਟ ਦੇ ਲੋਕਾਂ ਨੂੰ ਪਾਉਣ ਦਾ ਮੌਕਾ ਮਿਲਿਆ ਪਰ ਉਹਦੇ 'ਚ ਪੂਰੇ ਪੰਜਾਬੀਆਂ ਦਾ ਪੂਰੇ ਵਿਸ਼ਵ 'ਚ ਰਹਿੰਦੇ ਸਿੱਖਾਂ ਦਾ ਵੱਡਾ ਬਹੁਤ ਵੱਡਾ ਯੋਗਦਾਨ ਸੀ। ਉਹਨਾਂ ਨੇ ਕਿਸੇ ਨੇ ਗੁਰਦਾਸ ਕੀਤੀ, ਕਿਸੇ ਨੇ ਧਨ ਨਾਲ ਧਨ ਮਨ ਸਭ ਬਹੁਤ ਵੱਡਾ ਹਿੱਸਾ ਪਾਇਆ। ਇਸ ਕਰਕੇ ਅਸੀਂ ਇਹਨਾਂ ਦਾ ਇਸ ਕਰਕੇ ਵੀ ਬਰਨਾਲਾ ਨਿਵਾਸੀਆਂ ਦਾ ਜੋ ਇੱਥੋਂ ਜਾ ਕੇ ਉੱਥੇ ਉਹਨਾਂ ਨੇ ਕਈਆਂ ਟੀਮਾਂ ਨੇ ਕੰਮ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਾਕੀ ਇਹ ਦਾਨਗੜ੍ਹ ਸਾਹਿਬ ਵਰਗੇ ਸਿਰ ਸੱਜਣ ਜਿਹੜੇ ਪੰਥਕ ਅਤੈਸ਼ੀ ਆ, ਪੰਥ ਨੂੰ ਪਿਆਰ ਕਰਦੇ, ਆਪਣੇ ਪੰਜਾਬ ਦੇ ਹੱਕਾਂ ਲਈ ਲੜਦੇ ਆ, ਇਹੋ ਜਿਹੀਆਂ ਸ਼ਖਸੀਅਤਾਂ ਨੂੰ ਮਿਲ ਕੇ ਅਸੀਂ ਮਾਣ ਵੀ ਮਹਿਸੂਸ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਲਈ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਦੇ ਜਿਹੜੇ ਸਿਹਰਦ ਆ ਉਹ ਹੋਰ ਅੱਗੇ ਆਉਣ ਅਤੇ ਆਪਾਂ ਸਾਰੇ ਰਲ ਮਿਲ ਕੇ ਜੋ ਸ਼੍ਰੋਮਣੀ ਕਮੇਟੀ ਦਾ ਜਾਂ ਹੋਰ ਜਿਹੜੇ ਸਾਡੇ ਕੌਮੀ ਕਾਰਜ ਜਿੱਥੇ ਜਿੱਥੇ ਵੀ ਕੋਈ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਕਰਨਾ ਪੈ ਰਿਹਾ ਜਾਂ ਬੇਅਦਬੀ ਵਾਸਤੇ ਕੋਈ, ਆਪਾਂ ਨੂੰ ਸਾਰਿਆਂ ਇੱਕ ਸੰਘਰਸ਼ ਇਕੱਠਾ ਕਰੀਏ ਕਿ ਜੋ ਸਾਡੇ ਕਿਸਾਨੀ ਮਸਲੇ ਵੀ, ਜੋ ਸਾਡੀ ਨੌਜਵਾਨੀ ਨਸ਼ਿਆਂ 'ਚ ਉਲਝ ਰਹੀ ਆ ਉਹਨੂੰ ਵੀ ਬਚਾਉਣ ਦੇ ਸਾਰਾ ਅਸੀਂ ਇੱਕ ਸਾਰੇ ਜਣੇ ਰਲ ਮਿਲ ਕੇ ਕੋਈ ਇੱਕ ਸਾਂਝੀ ਧਿਰ ਖੜੀ ਕਰੀਏ ਕਿ ਜਿਹ 'ਚ ਸਾਰੇ ਪੰਥਕ ਦਰਦੀ ਸਾਰੇ ਜਿਹੜੇ ਇਕੱਠੇ ਹੋਣ ਅਤੇ ਆਪਾਂ ਰਲ ਮਿਲ ਕੇ ਜੋ ਇਹ ਹਕੂਮਤਾਂ ਕੋਲ ਵੀ ਇਨਸਾਫ ਲੈਣ ਦੀ ਤਾਕਤ ਰੱਖੀਏ ਅਤੇ ਆਪਣੀ ਕੌਮ ਨੂੰ ਜਾਂ ਆਪਣੇ ਨੌਜਵਾਨਾਂ ਨੂੰ ਬਚਾ ਸਕੀਏ। SGPC ਜੀ ਚੋਣ ਨੂੰ ਲੈ ਕੇ ਕਿਵੇਂ ਤਿਆਰੀ ਕੀਤੀ ਜਾ ਰਹੀ ਤੁਹਾਡੇ? ਤਿਆਰੀ ਜੀ ਅਜੇ ਫਿਲਹਾਲ ਤਾਂ ਚੋਣਾਂ ਦੀ ਜਿਹੜੀ ਵੋਟ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਆ। ਉਹਦੇ 'ਚ 2-3 ਵਾਰੀ ਉਹਦੇ 'ਚ ਵਾਧਾ ਵੀ ਕੀਤਾ ਗਿਆ ਪਰ ਸਾਡੇ ਕੌਮ 'ਚ ਬੜਾ ਵੇਸਲਾਪਨ ਆ, ਇਹ ਬਹੁਤ ਅਣਗਹਿਲੀ ਵਰਤੀ ਜਾ ਰਹੀ ਹੈ ਕਿ ਇਹਨੇ ਵਧਾਉਣ ਦੇ ਬਾਵਜੂਦ ਵੀ ਅਜੇ ਮੇਰੇ ਖਿਆਲ ਉਹ 50% ਜੋ 11 ਸਾਲ ਪਹਿਲਾਂ ਦਾ ਅੰਕੜਾ ਉਹਦੇ ਮੁਤਾਬਕ ਬਣੀਆਂ ਨਹੀਂ। ਇਹ ਚੀਜ਼ ਹੈ ਕਿ ਇਸੇ ਕਰਕੇ ਅਸੀਂ ਹੁਣ ਬਰਨਾਲਾ 'ਚ ਆਏ ਹਾਂ। ਬਰਨਾਲਾ 'ਚ ਇਹਨਾਂ ਨੂੰ ਦਾਨਗੜ੍ਹ ਸਾਹਿਬ ਜਾਂ ਇਹਨਾਂ ਦੀ ਹੋਰ ਟੀਮ ਨੂੰ ਅਸੀਂ ਇਹ ਸੇਵਾ ਇਹਨਾਂ ਦੀ ਇਹਨਾਂ ਨੂੰ ਕਹਾਂਗੇ ਕਿ ਤੁਸੀਂ ਵੱਧ ਚੜ੍ਹ ਕੇ ਕਰੋ, ਆਪਣੇ ਅੱਗੇ ਪਿੰਡਾਂ 'ਚ ਆਪਣੇ ਜਿਹੜੇ ਸਿਰ ਸੱਜਣ ਆ ਉਹਨਾਂ ਤੱਕ ਤੁਸੀਂ ਪਹੁੰਚ ਕਰੋ ਜਾਂ ਉਹਨਾਂ ਦੀ ਕੋਈ ਕਮੇਟੀਆਂ ਬਣਾ ਕੇ ਪਿੰਡ ਪਿੰਡ ਤੱਕ ਆਪਾਂ ਇਹ ਪਹੁੰਚ ਕਰੀਏ, ਘਰ ਘਰ ਤੱਕ ਪਹੁੰਚ ਕਰਕੇ ਆਪਾਂ ਕੋਈ ਵੀ ਜੋ ਇਸ ਵੋਟ ਦਾ ਹੱਕਦਾਰ ਆ ਜਾਂ ਜਿਹੜੀ ਸ਼ਰਤਾਂ ਪੂਰੀਆਂ ਕਰਦਾ ਉਹ ਤੋਂ ਵਾਂਝਾ ਨਾ ਰਹੇ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ? ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੀ ਕੌਮੀ ਇਨਸਾਫ ਮੋਰਚਾ ਵੀ ਲੱਗਾ ਹੋਇਆ ਅੱਜ, ਉੱਥੇ ਵੀ ਇੱਕ ਪ੍ਰਦਰਸ਼ਨ ਸੀਗਾ, ਰੋਸ ਮਾਰਚ ਸੀਗਾ ਅਤੇ ਉਹਦੇ 'ਚ ਵੀ ਸਾਡੇ ਵੱਲੋਂ ਭੇਜੇ ਗਏ ਸੀ ਕੁਛ। ਅਤੇ ਬਾਕੀ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਕਿਸਾਨੀ ਮੋਰਚਾ ਵਾ ਜਾਂ ਇਹ ਇਨਸਾਫ ਮੋਰਚਾ ਵਾ ਜਾਂ ਲਤੀਫਪੁਰੇ ਆ ਜਾਂ ਹੋਰ ਜਿਹੜੇ ਸਾਰੇ ਸਾਂਝੇ ਮਸਲੇ ਆ ਉਹਨਾਂ ਵਾਸਤੇ ਸਾਨੂੰ ਸਾਰਿਆਂ ਨੂੰ, ਕਿਸਾਨਾਂ ਨੂੰ, ਇਹ ਪੰਥਕ ਦਰਦੀਆਂ ਨੂੰ ਸਾਰਿਆਂ ਨੂੰ ਇੱਕ ਮੰਚ 'ਤੇ ਆਉਣ ਦੀ ਲੋੜ ਆ। ਤਾਂ ਹੀ ਅਸੀਂ ਸਾਰੇ ਜਣੇ ਕੋਈ ਇੱਕ ਇਕੱਠਾ ਵੱਡਾ ਸੰਘਰਸ਼ ਇੱਕ ਜਗ੍ਹਾ ਤੋਂ ਕਰੀਏ, ਕੋਈ ਅਕਾਲ ਤਖਤ ਦੀ ਅਗਵਾਈ 'ਚ ਜਾਂ ਇਸ ਤਰੀਕੇ ਨਾਲ, ਤਾਂ ਹੀ ਸਾਡੇ ਅਸੀਂ ਜਿਹੜਾ ਕਿ ਉਸ 'ਚ ਕਾਮਯਾਬ ਹੋ ਸਕਦੇ। ਬਾਬਾ ਬਕਾਲਾ ਵਿੱਚ ਕੀ ਸੁਨੇਹਾ ਦੇਣ ਜਾ ਰਹੇ ਹਾਂ? ਉਹਦੇ ਵਾਸਤੇ ਵੀ ਜਿਹੜੇ ਸਾਡੇ ਇਹੋ ਹੀ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਅਤੇ ਆਉਣ ਵਾਲੇ ਸਮੇਂ ਲਈ ਸਾਨੂੰ ਕੀ ਰਣਨੀਤੀ ਤੈਅ ਕਰਨੀ ਚਾਹੀਦੀ ਆ, ਉਹ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਾਂ ਆਉਣ ਵਾਲੇ ਸਮੇਂ ਲਈ ਜੋ ਇਲੈਕਸ਼ਨ ਹੁੰਦੀ ਆ ਤਾਂ ਉਹਦੇ 'ਚ ਆਪਾਂ ਨੂੰ ਕਿੱਦਾਂ ਦੇ ਉਮੀਦਵਾਰ ਜਾਂ ਉਹਨਾਂ ਦੀ ਚੋਣ ਕਰਨ ਦਾ ਕੋਈ ਵਧੀਆ ਕੋਈ ਤਰੀਕਾ ਆਪਾਂ ਲੱਭੀਏ ਕਿ ਜਿਹੜੇ ਮਤਲਬ ਯੋਗ ਉਮੀਦਵਾਰ ਹੋ। ਵੱਖਰੀ ਪਾਰਟੀ ਦਾ ਵੀ ਐਲਾਨ ਕੀਤਾ ਜਾਊਗਾ? ਨਹੀਂ, ਅਜੇ ਫਿਲਹਾਲ ਆਪਾਂ ਇਹ ਆਮ ਸੰਗਤਾਂ ਨਾਲ ਸਲਾਹ ਕਰਾਂਗੇ, ਜੇ ਉਹ ਸੰਗਤਾਂ ਦੀ ਕੋਈ ਇਹੋ ਜਿਹੀ ਡਿਮਾਂਡ ਹੋਈ ਤਾਂ ਉਹ 'ਤੇ ਵਿਚਾਰ ਕੀਤੀ ਜਾ ਸਕਦੀ ਹੈ। ਜੇ ਫਿਲਹਾਲ ਸਾਡਾ ਕੋਈ ਇੱਦਾਂ ਦਾ ਨਹੀਂ, ਅਜੇ ਜੀ ਅਸੀਂ ਸਾਰੀਆਂ ਪੰਥਕ ਧਿਰਾਂ ਨਾਲ ਮਿਲ ਬੈਠ ਕੇ ਕੋਈ ਸੋਚਾਂਗੇ ਕੋਈ ਸਾਂਝਾ ਉਮੀਦਵਾਰ ਤੈਅ ਹੋਵੇ ਅਤੇ ਇੱਕ ਹੀ ਉਮੀਦਵਾਰ ਪੂਰੇ ਸਿੱਖ ਜਗਤ ਵੱਲੋਂ। ਭਾਈ ਸਾਹਿਬ ਦੀ ਰਿਹਾਈ ਲਈ ਅਗਲੇ ਕੀ ਕਦਮ ਚੁੱਕੇ ਹੋਏ?
ਹਾਂ, ਰਿਹਾਈ ਵਾਸਤੇ ਜੀ ਇੱਕ ਅਸੀਂ ਸਰਕਾਰ ਨੂੰ ਬਹੁਤ ਜੋ ਉਹਨਾਂ ਨੂੰ ਪਿਆਰ ਕਰਨ ਵਾਲੇ ਆ, ਕਿਸਾਨ ਯੂਨੀਅਨ ਵਾਲੇ ਡੀ ਸੀ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ, ਉਹ ਦਿਨ ਕਰ ਰਹੇ ਆ, ਫਿਰ ਅਸੀਂ ਉਹਦਾ ਕੋਰਟ 'ਚ ਵੀ ਹਾਈ ਕੋਰਟ 'ਚ ਵੀ ਕੇਸ ਚੱਲ ਰਿਹਾ ਉਹਦੀ 28 ਤਰੀਕ ਆ, ਅਤੇ ਬਾਕੀ ਅਸੀਂ 19 ਤਰੀਕ ਨੂੰ ਜੋ ਸਮੂਹ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਵਾਸਤੇ ਵੀ ਉੱਥੇ ਕੋਈ ਅਸੀਂ ਸੋਚ ਰਹੇ ਹਾਂ ਕਿ ਕੋਈ ਸਾਂਝਾ ਕੋਈ ਗੱਲ ਕੀਤੀ ਜਾਵੇ ਬਰਨਾਲਾ ਤੋਂ ਰਾਜਦੇਵ ਸਿੰਘ ਖਾਲਸਾ ਜਿਹੜੇ ਵਕੀਲ ਸੀਗੇ ਡਿਬਰੂਗੜ੍ਹ ਨੂੰ ਨਹੀਂ ਜਾ ਰਹੇ, ਅੱਜ ਵੀ ਉਹਨਾਂ ਨੇ ਸ਼ਿਰਕਤ ਨਹੀਂ ਕੀਤੀ, ਇਹਦੇ ਪਿੱਛੇ ਕੀ ਕਾਰਨ ਸੀ? ਨਹੀਂ ਜੀ, ਉਹ ਇਹ ਤਾਂ ਕੋਈ ਨੋਰਮਲ ਵੋਟਾਂ ਵਾਸਤੇ ਇਹ ਹੈਗਾ ਸੀਗੀ ਇੱਕ ਇਹਨਾਂ ਅਸੀਂ ਇੱਧਰ ਉੱਧਰ ਆ ਰਹੇ ਸੀ ਅਤੇ ਇਹਨਾਂ ਨਾਲ ਪਹਿਲਾਂ ਤਾਂ ਫਿਕਸ ਸੀ। ਰਾਜਦੇਵ ਖਾਲਸਾ ਸਾਡੇ ਬਹੁਤ ਸਤਿਕਾਰਯੋਗ ਹੈ ਜੀ, ਉਹਨਾਂ ਨੇ ਬਹੁਤ ਕੰਮ ਕੀਤਾ, ਉਹ ਹਮੇਸ਼ਾ ਅਸੀਂ ਤੁਹਾਨੂੰ ਲੱਗਦਾ ਨਹੀਂ ਕਿ ਵੱਡੀ ਗੱਲ ਉਹਨਾਂ ਵੱਲੋਂ ਐਲਾਨ ਦੀ ਵੀ ਸ਼ੁਰੂਆਤ ਉਹਨਾਂ ਵੱਲੋਂ ਕੀਤੀ ਗਈ ਭਾਈ ਸਾਹਿਬ ਨੂੰ ਮਿਲ ਕੇ ਤਿਆਰ ਦੇ ਇੱਥੇ ਨਹੀਂ ਹਾਂ? ਨਹੀਂ, ਅਸੀਂ ਤਾਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੀ ਉਹਨਾਂ ਦੇ। ਨਹੀਂ, ਉਹਨਾਂ ਨੂੰ ਇਨਵੀਟੇਸ਼ਨ ਸੀਗਾ ਜੀ ਅੱਜ? ਨਹੀਂ, ਇਨਵੀਟੇਸ਼ਨ ਤਾਂ ਇੱਥੋਂ ਅਸੀਂ ਕਿਸੇ ਨੂੰ ਵੀ ਇਨਵੀਟੇਸ਼ਨ ਨਹੀਂ ਅਸੀਂ ਨਹੀਂ ਦਿੱਤਾ ਜੀ, ਹੈ ਅਸੀਂ ਤਾਂ ਇੱਥੇ ਸੰਗਤਾਂ ਜਿਹੜੀਆਂ ਵੀ ਆਈਆਂ ਕੋਈ ਉਹ ਆਪਣੇ ਇੱਧਰ ਦੇ ਲੋਕਲ ਸੱਦੇ 'ਤੇ ਆਈਆਂ। ਇਹ ਜੀ ਮੇਰਾ ਖਿਆਲ ਹੈ ਕਿ ਉਹ ਹੁਣ ਆਖਰੀ ਹੱਥ ਕੰਡੇ ਵਰਤ ਰਹੇ ਆ ਅਤੇ ਲੋਕਾਂ ਦਾ ਵਿਸ਼ਵਾਸ ਉਹਨਾਂ ਤੋਂ ਉੱਠ ਰਿਹਾ, ਜਿਹੜੇ ਉਹ ਦੋ ਤਿੰਨ ਮੈਂ MLA ਜਿੱਤ ਕੇ ਵੀ ਗਏ ਸੀ ਉਹਨਾਂ 'ਚੋਂ ਵੀ ਇੱਕ ਕੱਲ੍ਹ ਦੂਜੇ ਪਾਸੇ ਚਲਾ ਗਿਆ, ਅਤੇ ਮੇਰਾ ਖਿਆਲ ਹੈ ਕਿ ਹੁਣ ਕੌਮ ਨੂੰ ਉਹਨਾਂ 'ਤੇ ਵਿਸ਼ਵਾਸ ਨਹੀਂ ਰਿਹਾ। ਉਹਨਾਂ ਨੇ ਬਹੁਤ ਕੌਮ ਨਾਲ ਬਹੁਤ ਵੱਡੇ ਧੋਖੇ ਕੀਤੇ, ਬੇਈਮਾਨੀਆਂ ਕੀਤੀਆਂ, ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਉਹਨਾਂ ਨੂੰ ਇੱਕ ਉਹਨਾਂ ਨੂੰ ਉਹਨਾਂ ਦਾ ਸਤਿਕਾਰ ਨੂੰ ਨਹੀਂ ਘਟਾਉਣ ਦੀ ਨਹੀਂ ਘਟਾਉਣਾ ਚਾਹੀਦਾ। ਬਾਕੀ ਅਕਾਲੀ ਨੇ ਜਿਹੜੇ ਉਹਨਾਂ ਦੇ ਸਟੈਂਡ ਬਾਰੇ ਕੀ ਕਹੋਗੇ? ਨਹੀਂ, ਉਹਨਾਂ ਦਾ ਸਟੈਂਡ ਵੀ ਮੇਰਾ ਖਿਆਲ ਹੈ ਕਿ ਜਦੋਂ ਬੋਲਣ ਦਾ ਮੌਕਾ ਸੀ, ਜਦੋਂ ਹਾਲਾਤ ਇੱਦਾਂ ਦੇ ਸੀ, ਉਦੋਂ ਉਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਹੁਣ ਬਹੁਤ ਦੇਰ ਹੋ ਗਈ ਉਹਨਾਂ ਨੂੰ ਵੀ, ਜਿਹੜਾ ਨਾ ਜਾਗ ਦੇਰ ਬਾਅਦ ਆ ਗਿਆ। ਜਿਵੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਗੈਂਗਸਟਰ ਭੇਜੇ ਜਾ ਰਹੇ ਆ ਜੀ, ਹੁਣ ਫੜਕੇ ਤੋਂ ਜਾਂ ਸਮਗਲਰ ਭੇਜੇ ਜਾ ਰਹੇ, ਉਹ ਕਿਵੇਂ ਦੇਖਦੇ? ਇਹ ਮੇਰਾ ਖਿਆਲ ਹੈ ਕਿ ਸਰਕਾਰ ਦੀਆਂ ਬੜੀਆਂ ਕੁਝ ਜਿਹੀਆਂ ਸਾਜ਼ਿਸ਼ਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਜਾਂ ਕੋਈ ਇਹੋ ਜਿਹੀ ਚੀਜ਼ ਵੀ ਹੋ ਸਕਦੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਿਹੜੇ ਆਪਣੇ ਅੰਮ੍ਰਿਤਪਾਲ ਸਿੰਘ ਆ ਜਾਂ ਉਹਨਾਂ ਦੇ ਸਾਥੀ, ਉਹਨਾਂ ਨੂੰ ਤਾਂ ਰਿਹਾ ਕੇ ਕੀਤਾ ਜਾਣਾ ਚਾਹੀਦਾ। ਹੁਣ ਤਾਂ ਉਹ ਪੰਜਾਬ 'ਚੋਂ ਬਹੁਤ ਸਭ ਤੋਂ ਵੱਡੇ ਬਹੁਮਤ ਨਾਲ ਜਿੱਤੇ ਵੀ ਆ, ਅਤੇ ਲੋਕਾਂ ਦੀਆਂ ਭਾਵਨਾਵਾਂ ਵੀ ਇਹ ਕਹਿੰਦੀਆਂ ਕਿ ਉਧਰ ਜੋ ਖਰੂਰ ਸਾਹਿਬ ਦੇ ਹਲਕੇ ਦੇ ਉਹ ਨੁਮਾਇੰਦੇ ਆ, ਉਹਨਾਂ ਦੇ ਵੀ ਜੋ ਕੰਮ ਕਾਜ ਆ ਜਾਂ ਪੂਰੇ ਪੰਥ ਦੇ ਜੋ ਮਸਲੇ ਆ ਉਹਨਾਂ ਨੂੰ ਉਠਾਉਣ ਵਾਸਤੇ ਉਹਨਾਂ ਨੂੰ ਮੇਰੇ ਖਿਆਲ ਹੈ ਕਿ ਸਾਰੇ ਪੰਜਾਬ ਦੀ ਪੰਥ ਦੀ ਆਵਾਜ਼ ਹੈ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ, ਤਾਂ ਉਹਨਾਂ ਨੂੰ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ। ਗੈਂਗਸਟਰ ਹੋਰ ਲੈ ਕੇ ਜਾਓ ਕੋਈ ਗੱਲ ਨਹੀਂ, ਜੇ ਜਿਹੜੇ ਕੋਈ ਨਸ਼ੇ ਡਰੱਗ ਸਮਗਲਰ ਆ ਉਹਨਾਂ ਨੂੰ ਉਹਨਾਂ ਦੀ ਜਗ੍ਹਾ 'ਤੇ ਉਹੋ ਜਿਹੀ ਜਗ੍ਹਾ 'ਤੇ ਉਹਨਾਂ ਦੀ ਬਣਦੀ ਹੈ। ਇੱਕ ਪਾਸੇ ਨਸ਼ੇ ਛੁਡਾਉਣ ਵਾਲੇ ਅਤੇ ਉੱਥੇ ਨਸ਼ੇ ਵੇਚਣ ਵਾਲੇ, ਉਹਨਾਂ ਨੂੰ ਇਕੱਠੇ ਕਰੀ ਜਾਂਦੇ ਇੱਕ ਜੇਲ੍ਹ ਦੇ ਵਿੱਚ। ਚਲੋ ਖਰਿਆ, ਗੁਰੂ ਮਹਾਰਾਜ ਕਿਰਪਾ ਕਰਨ, ਉਹ ਵੀ ਆਪਣਾ ਚੰਗੇ ਪਾਸੇ ਆ ਜਾਣ, ਲੈ ਉਹ ਆਪਣਾ ਧੰਦਾ ਛੱਡ ਕੇ ਕੋਈ ਸੇਵਾ ਸਿਮਰਨ ਵਾਲਾ ਕੋਈ ਰਸਤਾ ਫੜ ਲੈਣ। ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਡੇ ਲੋਕਾਂ ਨੇ ਫਤਵਾ ਦਿੱਤਾ ਹੈਗਾ, ਜਿੱਤ ਪ੍ਰਾਪਤ ਹੋਈ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ, NSA ਲਾਇਆ ਗਿਆ ਹੈਗਾ, ਕਿਵੇਂ ਦੇਖਦੇ ਹੈਗੇ ਉਹਨੂੰ? ਇਹ ਜੀ ਹੁਣ ਲੋਕਾਂ ਨੇ ਫੈਸਲਾ ਕਰ ਦਿੱਤਾ ਕਿ NSA ਗਲਤ ਸੀਗਾ, ਇਹ ਤਾਂ ਹੁਣ ਲੋਕਾਂ ਨੇ ਜਿਹੜੇ ਏਡੇ ਬਹੁਮਤ ਨਾਲ ਜਿਤਾਇਆ ਉਹਨੂੰ, ਲੋਕਾਂ ਨੇ ਉਸ ਚੀਜ਼ ਨੂੰ ਸਵੀਕਾਰ ਨਹੀਂ ਕੀਤਾ। ਲੋਕਾਂ ਨੇ ਉਸ ਟਾਈਮ 'ਤੇ ਵੀ ਬਹੁਤ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਰਕਾਰ ਦੀ ਦਹਿਸ਼ਤ ਜੋ ਇੰਨੇ ਵੱਡੇ ਪੱਧਰ 'ਤੇ ਸੀ, ਬਹੁਤ ਲੋਕਾਂ ਦਾ ਨੁਕਸਾਨ ਕੀਤਾ ਗਿਆ, ਕਿੰਨੇ ਝੂਠੇ ਪਰਚੇ ਪਾ ਕੇ ਲੋਕਾਂ ਨੂੰ ਅੰਦਰ, ਅਜੇ ਡੇਢ ਡੇਢ ਸਾਲ ਤੋਂ ਹੋ ਚੱਲਿਆ, ਅਜੇ ਤੱਕ ਕਿਸੇ ਦੀ ਜ਼ਮਾਨਤ ਨਹੀਂ ਦੇ ਰਹੇ। ਇਹ ਮੇਰਾ ਖਿਆਲ ਹੈ ਕਿ ਬਹੁਤ ਲੋਕਤੰਤਰ 'ਚ ਜਿਹੜਾ ਇਹ ਢੰਡੋਰਾ ਪਿੱਟ ਰਹੇ, ਉਹਦਾ ਘਾਣ ਖੁਦ ਕਰ ਰਹੇ। ਭਗਵੰਤ ਮਾਨ ਸਰਕਾਰ ਵੱਲੋਂ ਬੇਅਦਬੀਆਂ ਵਾਲੀ ਜਿਹੜੀ ਫਾਈਲ ਕੇਸ ਚਲਾਉਣਾ ਹੈ ਰਾਮ ਰਹੀਮ 'ਤੇ, ਉਹ ਰੋਕੀ ਬੈਠੀ ਨੇ।